ਮੈਂ ਸਰਪੰਚ ਹਰਜਿੰਦਰ ਸਿੰਘ ਪਿੰਡ ਗੋਤਪੁਰ। ਜਿਹੜਾ ਸਾਨੂੰ ਸਭ ਤੋਂ ਵੱਡੀ ਖੁਸ਼ੀ ਆ ਕਿ ਸਾਡਾ ਗੁਰਦਾਸਪੁਰ ਹਲਕੇ ਦਾ ਕੈਂਡੀਡੇਟ ਜਿਹੜਾ ਸਭ ਤੋਂ ਮਜ਼ਬੂਤ ਸਾਨੂੰ ਮਿਲੇ। ਇਹ ਤੋਂ ਇਲਾਵਾ ਹੋਰ ਕੋਈ ਵੀ ਮਿਲ ਜਾਂਦਾ ਸਾਨੂੰ ਜਿੱਤਣ ਦੀ ਆਸ ਨਹੀਂ। ਜਿਹੜਾ ਪਾੜਾ ਸਾਹਿਬ ਕੈਂਡੀਡੇਟ ਮਿਲਿਆ ਸਾਨੂੰ ਬਰਿੰਦਰਜੀਤ ਪਾੜਾ ਪਾੜੇ ਪਰਿਵਾਰ 'ਚੋਂ, ਬਹੁਤ ਹੀ ਵਧੀਆ, ਕਿਉਂਕਿ ਇਹਨਾਂ ਦੇ ਪਹਿਲਾਂ ਵੀ ਚੰਗੇ ਕੰਮ ਕੀਤੇ, ਇਹਨਾਂ ਦੇ ਫਾਦਰ ਸਾਹਿਬ ਕਰਤਾਰ ਸਿੰਘ ਪਾੜਾ ਜਿਹੜੇ MLA ਰਹਿ ਚੁੱਕੇ ਅਕਾਲੀਆਂ ਨੂੰ, ਇਹ ਕਰਕੇ ਉਹਨਾਂ ਦੀ ਪਿੰਡਾਂ ਹਰ ਥਾਂ ਵਾਕ ਵੀ ਚੰਗੀ ਆ। ਫਿਰ ਦੂਜੀ ਗੱਲ ਇਹ ਆ ਵੀ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ, ਕਿਸੇ 'ਤੇ ਕੋਈ ਝੂਠੇ ਪਰਚੇ ਨਹੀਂ ਕੀਤੇ। ਜੇ ਕੰਮ ਕੀਤੇ ਤਾਂ ਉਹਨੇ ਰਸਤੇ ਦੇ ਵਿਕਾਸ ਦੇ ਕੰਮ ਕੀਤੇ ਆ ਵੀ ਆਹ ਪਿੰਡ 'ਚ ਆਹ ਚੀਜ਼ਾਂ ਨਹੀਂ ਬਣਾਓ, ਨਾਲੀਆਂ ਗਲੀਆਂ ਸੜਕਾਂ। ਮੇਰੇ ਪਿੰਡ ਨੂੰ ਉਹਨੇ 5 ਸੜਕਾਂ ਬਣਾ ਕੇ ਦਿੱਤੀਆਂ ਜੀ। ਜਿਹੜੀ ਇਹ ਅਕਾਲੀ ਸਰਕਾਰ ਨੇ 10 ਸਾਲਾਂ 'ਚ 5 ਸੜਕਾਂ 'ਤੇ ਲੋਕ ਨਹੀਂ ਪਾ ਸਕੇ ਜਿਹੜੀਆਂ ਪਾੜਾ ਸਾਹਿਬ ਨੇ ਬਣਾ ਕੇ ਦਿੱਤੀਆਂ ਜੀ। ਸਾਡੇ ਪਿੰਡ ਤੋਂ ਪਾੜਿਆਂ ਨੂੰ, ਸਾਡੇ ਪਿੰਡ ਤੋਂ ਸੂਬੇ ਨੂੰ, ਸਾਡੇ ਪਿੰਡ ਤੋਂ ਸਟੇਡੀਅਮ ਨੂੰ, ਸਾਡੇ ਪਿੰਡ ਤੋਂ ਭੱਟੀਆਂ ਨੂੰ ਇਹ ਜਿਹੜੀਆਂ ਸੜਕਾਂ ਪਾੜਾ ਸਾਹਿਬ ਨੇ ਬਣਾ ਕੇ ਦਿੱਤੀਆਂ। ਇਹ ਕਰਕੇ ਜਿਹੜੀ ਆ ਸਾਰੇ ਪਿੰਡ ਹੀ ਸਾਡੇ ਜਿਹੜੇ ਇਹ ਪਾੜਾ ਸਾਹਿਬ ਨੂੰ ਬਹੁਤ ਲਾਇਕ ਕਰਦੇ ਆ। ਅਸੀਂ ਨਹੀਂ ਖੁਸ਼ ਤਕਰੀਬਨ ਸਾਡਾ ਹਲਕਾ ਹੀ ਖੁਸ਼। ਬਾਹਰ ਦੇ ਦੀਨਾਨਗਰ ਹਲਕੇ ਚੱਲ ਜਾਓ, ਜਿਹੜਾ ਕੋਈ ਪੁੱਛਦਾ ਉਹ ਇਹੋ ਹੀ ਵਧਾਈ ਦਿੰਦਾ ਇਹ ਗੱਲ ਦੀ ਵੀ ਜਿਹੜੇ ਹਾਈ ਕਮਾਂਡ ਨੇ ਫੈਸਲਾ ਲਿਆ ਟਿਕਟ ਦੇਣ ਵਾਲਾ, ਬਹੁਤ ਹੀ ਵਧੀਆ ਕੈਂਡੀਡੇਟ ਚੁਣਿਆ, ਜਿਹੜਾ ਟੱਕਰ ਦੇ ਸਕਦਾ ਹਰ ਥਾਂ ਖੜ੍ਹ ਸਕਦਾ ਬੰਦਾ, ਔਰ ਜਿੱਤ ਵੀ ਜਿੱਤ ਘੱਟ ਤੋਂ ਘੱਟ ਵੀ 15-18 ਹਜ਼ਾਰ ਦੇ ਵਿੱਚ ਦੀ ਜਿੱਤ ਹੋਣੀ।